ओम शांति आज है 21 6 2022 दी साकार बापदादा जी दी मुरली आज बापदादा जी ने आखया मीठे बच्चे దేవਤਾਵਾਂ ਤੋਂ ਵੀ ਉੱਚੀ ਐ ਤੁਹਾਡੀ ਬ੍ਰਾਹਮਣ ਜੀਵਨ ਸੰਨ ਕਿਉਂਕਿ ਇਸ ਸਮਾਂ ਤੁਸੀਂ ਤਿੰਨਾ ਲੋਕਾਂ ਤਿੰਨਾ ਕਾਲਾਂ ਨੂੰ ਜਾਣਦੇ ਹੋ ਤੁਸੀਂ ਈਸ਼ਵਰੀਏ ਸੰਤਾਨ ਬਣ ਜਾਂਦੇ ਹੋ ਅੱਜ ਦਾ ਪ੍ਰਸ਼ਨ ਹੈਗਾ ਤੁਸੀਂ ਬੱਚੇ ਕਿਹੜੀ ਉੱਚੀ ਚੜ੍ਹਾਈ ਚੜਦੇ ਹੋ ਉੱਤਰ ਹੈਗਾ ਮਨੁੱਖ ਤੋਂ ਦੇਵਤਾ ਬਨਣਾ ਇਹ ਸਭ ਤੋਂ ਉੱਚੀ ਚੜ੍ਹਾਈ ਸਣ ਜਿਸ ਤੇ ਤੁਸੀਂ ਚੜ ਰਹੇ ਹੋ ਆਖ ਦੇ ਵੀ ਸਣ ਚੜੇ ਤੇ ਚਾਖੇ ਵੈਕੁੰਠ ਰਸ ਇਹ ਵੱਡੀ ਉੱਚੀ ਸੀੜੀ ਏ ਲੇਕਨ ਵੰਡਰ ਸਨ ਕਿ ਜਿਹੜੇ ਚੜਦੇ ਇੱਕ ਸੈਕਿੰਡ ਵਿੱਚ ਸਨ ਔਰ ਉਤਰਨੇ ਵਿੱਚ ਟਾਈਮ ਲੱਗਦਾ ਏ ਦੂਜਾ ਅੱਜ ਪ੍ਰਸ਼ਨ ਹੈਗਾ ਪਾਪ ਦਾ ਘੜਾ ਫੁੱਟਣ ਤੋਂ ਵੀ ਜੈ ਜੈਕਾਰ ਹੁੰਦੀ ਏ ਐਸ ਲਈ ਕਿਹੜੀ ਨਿਸ਼ਾਨੀਆਂ ਭਗਤੀ ਮਾਰਗ ਵਿੱਚ ਵਿਖਾਂਦੇ ਸਨ ਉੱਤਰ ਹੈਗਾ ਵਿਖਾਂਦੇ ਸਨ ਘੜੇ ਵਿੱਚੋਂ ਸੀਤਾ ਨਿਕਲੀ ਅਤੇ ਜਦੋਂ ਪਾਪ ਦਾ ਘੜਾ ਪਰ ਜਾਂਦਾ ਏ ਫੁੱਟ ਜਾਂਦਾ ਏ ਤਾਂ ਸੀਤਾ ਅਥਾ ਰਾਦੇ ਦਾ ਜਨਮ ਹੁੰਦਾ ਏ ਅੱਜ ਦਾ ਗੀਤ ਹੈਗਾ ਇਸ ਪਾਪ ਦੀ ਦੁਨੀਆ ਵਿੱਚੋਂ ਲੈ ਚੱਲੋ ਕਿਧਰੇ ਦੂਰ ਓਮ ਸ਼ਾਂਤੀ ਮਿੱਠੇ ਮਿੱਠੇ ਬੱਚਿਆਂ ਨੇ ਗੀਤ ਸੁਣਿਆ ਭਗਤੀ ਮਾਰਗ ਦਾ ਪੁਕਾਰਦੇ ਸਨ ਇਸ ਪਤਿਤ ਦੁਨੀਆ ਤੋਂ ਸਾਨੂੰ ਪਾਵਨ ਦੁਨੀਆ ਵਿੱਚ ਲੈ ਚੱਲੋ ਅਸ਼ਾਂਤੀ ਦੀ ਦੁਨੀਆ ਤੋਂ ਸਾਨੂੰ ਸ਼ਾਂਤੀ ਦੀ ਦੁਨੀਆ ਵਿੱਚ ਲੈ ਚੱਲੋ। ਬੁੱਧੀ ਵਿੱਚ ਬਹਿ ਗਿਆ ਏ ਕੋਈ ਔਰ ਦੁਨੀਆ ਸਣ ਜਿੱਥੇ ਸ਼ਾਂਤੀ ਵੀ ਸਣ ਤਾਂ ਸੁਖ ਵੀ ਸਣ। ਮਹਾਰਾਜਾ ਮਹਾਰਾਣੀ ਲక్ష్ਮੀ ਨਾਰਾਇਣ ਦਾ ਰਾਜ ਹੁੰਦਾ ਏ ਜਿਨ੍ਹਾਂ ਦੇ ਚਿੱਤਰ ਵੀ ਇੱਥੇ ਸਣ। ਮਨੁੱਖ ਜਿਹੜੀ ਹਿਸਟਰੀ ਜੀਓਗ੍ਰਾਫੀ ਪੜਦੇ ਸਣ ਉਹ ਵੀ ਜਿਵੇਂ ਕੁਆਟਰ ਦੁਨੀਆ ਦੀ ਸਣ। ਅੱਧਾ ਕਲਪ ਦੀ ਹੀ ਸੁਣਾਉਂਦੇ ਸਣ। ਸਤਿਉਕ ਤ੍ਰੇਤਾ ਦੀ ਇਸ ਟ੍ਰੇਜੋਗ੍ਰਾਫੀ ਤਾਂ ਕੋਈ ਵੀ ਜਾਣਦੇ ਨਹੀਂ ਅੱਖਾਂ ਇਹ ਸਾਰੀਆਂ ਦੀ ਬੰਦ ਨੇ ਜਿਵੇਂ ਕੁਝ ਜਾਣਦੇ ਹੀ ਨਹੀਂ ਵਰਲਡ ਦੀ ਇਸ ਟ੍ਰੇਜੋਗ੍ਰਾਫੀ ਤਾਂ ਬਾਪ ਹੀ ਆ ਕੇ ਸੁਣਾਉਂਦੇ ਸਨ ਇਸ ਸਮਾਂ ਸਾਰੇ ਮਨੁੱਖਾਂ ਦੀ ਇੱਕ ਅੱਖ ਬੰਦ ਏ ਜਿਵੇਂ ਕਾਣੇ ਬਣ ਪਏ ਨੇ ਵਰਲਡ ਕਿੱਡੀ ਵੱਡੀ ਏ ਕਦੋਂ ਨਵੀਂ ਵਰਲਡ ਸ਼ੁਰੂ ਹੁੰਦੀ ਏ ਫਿਰ ਪੁਰਾਣੀ ਹੋ ਜਾਂਦੀ ਏ ਫਿਰ ਪੁਰਾਣੀ ਤੋਂ ਕਦੋਂ ਨਵੀਂ ਹੁੰਦੀ ਏ ਇਹ ਸਾਰੀ ਗੱਲਾਂ ਤੁਸੀਂ ਬੱਚੇ ਜਾਣਦੇ ਹੋ 골ਡਨ সিলవర్ ਕਾਪਰ ਆਇਰਨ ਵਿੱਚ ਤਾਂ ਆਣਾ ਹੀ ਪੈਂਦਾ ਏ ਕਲਯੁਗ ਤੋਂ ਬਾਅਦ ਸਤਯੁਗ ਫਿਰ ਜ਼ਰੂਰ ਹੋਵੇਗਾ ਸਤਸੰਗਮ ਉੱਤੇ ਸਤਯੁਗ ਸਥਾਪਨ ਕਰਨ ਵਾਲਾ ਹੀ ਆਂਦਾ ਏ ਇਹ ਸਮਝਣ ਦੀ ਵੱਡੀ ਯੁਕਤੀਆਂ ਚਾਹੀਦੀਆਂ ਨੇ ਕਲਯੁਗ ਨੂੰ ਸਤਯੁਗ ਬਣਾਉਣ ਵਾਲਾ ਬਾਪ ਤਾਂ ਇੱਕ ਹੀ ਸਣ ਇੰਨੀ ਸਹਿਜ ਗੱਲਾਂ ਵੀ ਕਿਸ ਦੀ ਬੁੱਧੀ ਵਿੱਚ ਨਹੀਂ ਆਂਦੀਆਂ ਕਿਉਂਕਿ ਬੁੱਧੀ ਵਿੱਚ ਮਾਇਆ ਨੇ ਤਾਲਾ ਲਗਾ ਦਿੱਤਾ ਏ ਪਰਮ ਪਿਤਾ ਪਰਮਾਤਮਾ ਦੀ ਮਹੀਮਾ ਵਿਗਾਉਂਦੇ ਸਨ ਹੇ ਪਰਮ ਪਿਤਾ ਪਰਮਾਤਮਾ ਬੁੱਧੀਵਾਣਾ ਦਾ ਬੁੱਧੀ ਆਪ ਜੀ ਆਓ ਔਰ ਸਾਨੂੰ ਨਾਲ ਲੈ ਚੱਲੋ ਪਰਮ ਪਿਤਾ ਪਰਮਾਤਮਾ ਦੀ ਐਯੋ ਮਹੀਮਾ ਗਾਉਂਦੇ ਸਨ ਹੋਣ ਤਾਂ ਸਾਰੇ ਆਸੂਰੀ ਮਤ ਦੇਣ ਵਾਲੇ ਨੇ ਸ਼੍ਰੇਸ਼ਟ ਮਤ ਦੇਣ ਵਾਲਾ ਤਾਂ ਇੱਕ ਹੀ ਬਾਪ ਸਣ ਮਨੁੱਖ ਗਾਂਦੇ ਜ਼ਰੂਰ ਸਣ ਪਰੰਤੂ ਸਮਝ ਦੇਤਾ ਕੁਝ ਵੀ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਤਿੰਨਾ ਲੋਕਾਂ ਦਾ ਗਿਆਨ ਮਿਲਿਆ ਏ ਐਵੇਂ ਨਹੀਂ ਕਿ ਸਿਰਫ ਵਰਲਡ ਦਾ ਗਿਆਨ ਸਣ ਵਰਲਡ ਤੋਂ ਵੀ ਅੱਗੇ ਤੁਸੀਂ ਜਾਣਦੇ ਹੋ ਮੂਲ ਵਤਨ ਸੁਕਸ਼ਮ ਵਤਨ ਸਥੂਲ ਵਤਨ ਇਹ ਤਿੰਨਾ ਲੋਕਾਂ ਦਾ ਬੁੱਧ ਦੇ ਵਿੱਚ ਗਿਆਨ ਸਣ ਜਿਹੜਾ ਚੰਗੀ ਰੀਤੀ ਪੜਦੇ ਸਨ ਉਹਨਾਂ ਨਹੀਂ ਹੀ ਬੁੱਧੀ ਵਿੱਚ ਇਹ ਗਿਆਨ ਸਨ ਤੁਸੀਂ ਸਕੂਲ ਵਿੱਚ ਪੜਦੇ ਹੋ ਤਾਂ ਪੜ੍ਹਾਈ ਪੂਰੀ ਚੰਗੀ ਤਰ੍ਹਾਂ ਬੁੱਧੀ ਵਿੱਚ ਰਹਿਣੀ ਚਾਹੀਦੀ ਏ ਤਿੰਨਾ ਲੋਕਾਂ ਦਾ ਗਿਆਨ ਹੁਣ ਤੁਹਾਡੀ ਬੁੱਧੀ ਵਿੱਚ ਸਨ ਤੁਸੀਂ ਤ੍ਰਿਕਾਲਦਰਸ਼ੀ ਬਣਦੇ ਹੋ ਤੁਹਾਨੂੰ ਤ੍ਰਿਲੋਕੀਨਾਥ ਨਹੀਂ ਆਖਾਂਗੇ ਤ੍ਰਿਲੋਕੀਨਾਥ ਕੋਈ ਬਣਦੇ ਨਹੀਂ ਤ੍ਰਿਕਾਲਦਰਸ਼ੀ ਅक्षर ਵੀ ਚੰਗਾਏ ਤਿੰਨ ਲੋਕ ਤਿੰਨ ਕਾਲਾਂ ਨੂੰ ਤੁਸੀਂ ਹੀ ਹੁਣ ਜਾਣਦੇ ਹੋ ਬਰੋਬਰ ਅਸੀਂ ਹੁਣ ਮੂਲ ਵਤਨ ਵਿੱਚ ਰਹਨੇ ਹਾਂ ਅਸੀਂ ਆਤਮਾਵਾਂ ਉੱਥੇ ਨਿਵਾਸ ਕਰਦੀਆਂ ਹਾਂ ਇਹ ਗਿਆਨ ਕਿਸ ਦੀ ਬੁੱਧੀ ਵਿੱਚ ਨਹੀਂ ਸੰ ਇਹ ਵੀ ਤੁਸੀਂ ਹੀ ਜਾਣਦੇ ਹੋ ਪਰਮ ਪਿਤਾ ਪਰਮਾਤਮਾ ਨੂੰ ਹੀ ਤ੍ਰਿਕਾਲ ਦਰਸ਼ੀ ਅੱਖ ਦੇ ਸੰ ਆਦ ਮੱਦੇ ਅੰਤ ਤਿੰਨਾ ਕਾਲਾ ਤਿੰਨਾ ਲੋਕਾਂ ਨੂੰ ਹੁਣ ਤੁਸੀਂ ਜਾਣਦੇ ਹੋ ਤਿੰਨਾਂ ਕਾਲਾਂ ਨੂੰ ਜਾਣਨ ਕਾਰਨ ਤੁਹਾਨੂੰ ਤਿਰਲੋਕੀ 나ਥ ਵੀ ਆਖ ਦੇ ਸਕਣ। ਲక్ష్ਮੀ ਨਾਰਾਇਣ ਨੂੰ ਸਿਰਫ ਵੈਕੁੰਠ 나ਥ ਹੀ ਆਖ ਸਕਦੇ ਆ ਕਿਉਂਕਿ ਉਹ ਤਿੰਨੋਂ ਕਾਲਾਂ ਨੂੰ ਨਹੀਂ ਜਾਣਦੇ। ਉਹ ਤਾਂ ਸਿਰਫ ਹੈਵਨ ਸਵਰਗ ਦੇ ਮਾਲਕ ਸਣ ਬਾਪ ਨੂੰ ਪੈਰਾਡਾਈਜ਼ ਦਾ ਮਾਲਕ ਨਹੀਂ ਆਖ ਸਕਦੇ ਕਿਉਂਕਿ ਉਹ ਪੈਰਾਡਾਈਜ਼ ਸਵਰਗ ਵਿੱਚ ਆਉਂਦੇ ਹੀ ਨਹੀਂ। ਇਹ ਸਾਰੀ ਸਮਝਣ ਦੀਆਂ ਗੱਲਾਂ ਨੇ। ਪਰਮਾਤਮਾ ਜਿਵੇਂ ਕੋਈ ਮਨੁੱਖ ਨਹੀਂ ਹੋ ਸਕਦਾ ਉਵੇਂ ਹੀ ਜਾਨੀ ਜਾਨਨਹਾਰ ਪਰਮਾਤਮਾ ਨੋਲੇਜਫੁਲ ਸਣ ਪਰੰਤੂ ਅਰਥ ਨਹੀਂ ਜਾਣਦੇ ਸਮਝਦੇ ਸਣ ਜਾਨੀ ਜਾਨਨਹਾਰ ਸਣ ਤਾਂ ਸਾਰਿਆਂ ਦੇ ਦਿਲਾਂ ਨੂੰ ਵੀ ਬਹਿ ਜਾਣਦੇ ਹੋਣਗੇ ਸਰਵਵਿਆਪੀ ਕਹਿਣ ਨਾਲ ਗੱਲਾਂ ਨਹੀਂ ਕਰ ਦਿੱਤੀਏ ਹੁਣ ਤੁਸੀਂ ਹੋ ਈਸ਼ਵਰੀਏ ਵੰਸ਼ਾਵਲੀ ਫਿਰ ਤੁਸੀਂ ਦੇਵੀ ਵੰਸ਼ਾਵਲੀ ਬਣਦੇ ਹੋ ਈਸ਼ਵਰ ਵੱਡਾ ਸਤਿਯੁਗ ਦੇ ਦੇਵਤਾ ਵੱਡੇ ਉਨ ਦੇਵਤਾਵਾਂ ਤੋਂ ਵੀ ਵੱਡੇ ਸੁਕਸ਼ਮ ਵਤਨਵਾਸੀ ਦੇਵਤਾਵਾਂ ਹੁੰਦੇ ਨੇ ਸੁਕਸ਼ਮ ਵਤਨਵਾਸੀ ਬ੍ਰਹਮਾ ਵੱਡਾ ਕਹਾਂਗੇ ਉਹ ਸਨ ਅਵਿਅਕਤ ਇਹ ਸਨ ਅਵਿਅਕਤ ਇਹ ਜਦੋਂ ਪਾਵਨ ਫਰਿਸ਼ਤਾ ਬਣਦੇ ਸਨ ਤਾਂ ਹੀ ਇਹਨਾਂ ਦੀ ਮਹਿਮਾ ਹੁੰਦੀ ਏ ਬ੍ਰਾਹਮਣਾਂ ਨੂੰ ਕਦੇ ਵੀ ਅਲੰਕਾਰ ਨਹੀਂ ਦਵਾਂਗੇ ਕਿਉਂਕਿ ਉਹਨਾਂ ਨੂੰ ਇਹ ਅਸਰ ਸ਼ਸਤਰ ਸ਼ੋਭ ਦੇ ਕੋਨੀ ਐਸ ਲਈ Vishnu ਨੂੰ 9 ਦਰਸ਼ਨ ਚੱਕਰ अथवा ਅਲੰਕਾਰ ਦੇ ਦਿੱਤੇ ਨੇ ਸ਼ੰਖ ਚੱਕਰ ਗਦਾ ਪਦਮ ਸਾਰੇ ਕੇ ਸਾਰੇ ਅਲੰਕਾਰ Vishnu ਨੂੰ ਦਿੰਦੇ ਸਣ ਇਹਨਾਂ ਉੱਤੇ ਵੀ ਸਮਝਾਇਆ ਗਿਆ ਏ ਸਤਿਯੁਗ ਵਿੱਚ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਨੂੰ ਅਸਰ ਸ਼ਸਤਰ ਦੇਵਾਂਗੇ ਇਹ ਹਸਣ ਹੋਣ ਦੀਆਂ ਗੱਲਾਂ ਵਾਸਤਵ ਵਿੱਚ ਹੈ ਗਿਆਨ ਦੇ ਅਸਰ ਸ਼ਸਤਰ ਸਣ ਸਥੂਲ ਥਿਆਰਾ ਦੀ ਗੱਲ ਨਹੀਂ ਹੈਗੀ ਸ਼ਾਸਤਰਾਂ ਵਿੱਚ ਤਾਂ ਸਤੂਲ ਹਥਿਆਰ ਦੇ ਦਿੱਤੇ ਸਨ ਪਾਂਡਵ ਅਤੇ ਕੋਰਵਾ ਦੀ ਸੈਨਾ ਵਿਖਾਈਏ ਕਿਉਂਕਿ ਉਹਨਾਂ ਵਿੱਚ ਫੀਮੇਲ ਨਹੀਂ ਹੁੰਦੀਆ ਪਾਂਡਵ ਸੈਨਾ ਵਿੱਚ ਪੁਰਸ਼ ਹੀ ਵਿਖਾਂਦੇ ਸਨ ਬਾਕੀ ਸ਼ਕਤੀ ਸੈਨਾ ਕਿੱਥੇ ਗਈ ਇਹ ਵੀ ਗੁਪਤ ਸਨ ਕੋਈ ਨੂੰ ਵੀ ਪਤਾ ਨਹੀਂ ਹੈਗਾ ਕਿ ਐਸੀ ਸ਼ਕਤੀਆਂ ਕਿੱਥੋਂ ਆਈਆਂ ਇਸ ਦਾ ਵੀ ਵਿਵਿਤਰਾਂਤ ਵਿਤਰਾਂਤ ਕੁਝ ਵੀ ਨਹੀਂ ਜਾਂਦੇ ਸ਼ਕਤੀਆਂ ਨੇ ਕਿਵੇਂ ਲੜਾਈ ਲੜੀ ਸੇਣਾ ਦਿਖਾਉਂਦੇ ਸਨ ਕਿਸ ਨੂੰ ਵੀ ਸਮਝ ਨਹੀਂ ਆਂਦਾ ਜਿਸ ਨੇ ਕੁਝ ਬੋਲਿਆ ਸੋ ਲਿਖ ਦਿੱਤਾ ਯਥਾਰਥ ਰੀਤੀ ਹੁਣ ਤੁਸੀਂ ਜਾਣਦੇ ਹੋ ਅਸੀਂ ਸਾਰੇ ਐਕਟਰਸ ਹਾਂ ਹਰ ਇੱਕ ਆਤਮਾ ਵਿੱਚ ਆਪਣਾ ਪਾਰਟ ਭਰਿਆ ਹੋਇਆ ਹੈ ਇਹ ਸਾਰੀਆਂ ਗੁਪਤ ਗੱਲਾਂ ਨੇ ਕੋਈ ਵੀ ਨਹੀਂ ਜਾਣਦੇ ਗੀਤਾ ਵਿੱਚ ਵੀ ਕੋਈ ਇਹੋ ਜੀ ਗੱਲ ਥੋੜੇ ਹੀ ਹੈਗੀ ਇਹ ਨੌਲੇਜਿਸ ਦੇ ਕੋਲੇ ਉਹ ਹੀ ਹੋਤਾ ਸਿਖਾਣਗੇ ਨਾ ਫਿਰ ਆਪਣਾ ਪਾਰਟ ਉਸ ਸਮਾਂ ਤੇ ਹੀ ਰਿਪੀਟ ਕਰਦੇ ਸਨ 크੍ਰਾਈਸਟ ਆਪਣਾ ਪਾਰਟ ਆਪਣੇ ਸਮੇਂ ਤੇ ਰਿਪੀਟ ਕਰਨਗੇ ਤੁਸੀਂ ਜਾਣਦੇ ਹੋ ਅਸੀਂ ਸੂਰਜਵੰਸ਼ੀ ਚੰਦਰਵੰਸ਼ੀ ਵੈਸ਼ ਸ਼ੁਦਰਵੰਸ਼ੀ ਬਣਨੇ ਹਾਂ ਚੱਕਰ ਐਵੇਂ ਹੀ ਫਿਰਦਾ ਰਹਿੰਦਾ ਏ ਇਸਲਾਮੀ ਬੋਦੀ ਫਿਰ ਆਪਣਾ ਪਾਰਟ ਰਿਪੀਟ ਕਰਦੇ ਸਨ ਜਦੋਂ ਇੱਕ ਦੇਵੀ ਦੇਵਤਾ ਦਾ ਰਮ ਰਹਿੰਦਾ ਏ ਤਾ ਸਾਰੇ ਧਰਮ ਨੂੰ ਵਿਨਾਸ਼ ਕਰ ਇੱਕ ਧਰਮ ਸਥਾਪਨ ਕਰਨ ਦੇ ਲਈ ਬਾਪ ਆਂਦੇ ਸਣ ਹੁਣ ਦੇਵੀ ਦੇਵਤਾ ਧਰਮ ਨਹੀਂ ਹੈਗਾ ਤਾਂ ਹੀ ਤਾਂ ਬਾਪ ਸਥਾਪਨ ਕਰਨ ਆਏ ਸਣ ਜਦੋਂ ਇੱਕ ਦੇਵੀ ਦੇਵਤਾ ਧਰਮ ਹੁੰਦਾ ਏ ਤਾਂ ਹੋਰ ਕੋਈ ਧਰਮ ਇੱਥੇ ਨਹੀਂ ਹੁੰਦੀ ਬਾਪ ਨੂੰ ਹੀ ਕ੍ਰੀਏਟਰ ਕ੍ਰੇਸ਼ਨ ਦਾ ਰਾਜ ਸਮਝਾਣ ਲਈ ਆਣਾ ਪੈਂਦਾ ਏ ਹਰ ਇੱਕ ਮਨੁੱਖ ਹੱਦ ਦਾ ਬ੍ਰਹਮਾ ਏ ਆਪਣੇ ਬੱਚਿਆਂ ਨੂੰ ਕ੍ਰੀਏਟ ਕਰਦਾ ਏ ਫਿਰ ਉਹਨਾਂ ਦੀ ਪਾਲਣਾ ਕਰਦਾ ਏ ਫਿਰ ਉਹਨਾਂ ਨੂੰ ਕ੍ਰिएशन ਦਾ ਵਰਸਾ ਵੀ ਦਿੰਦਾ ਏ ਉਹਵੇਂ ਹੀ ਬਾਪ ਆ ਕੇ ਹੁਣ ਇਹ ਰਚਨਾ ਰਚਦੇ ਸਨ ਫਿਰ ਤੁਹਾਨੂੰ ਵਰਸਾ ਵੀ ਦਿੰਦੇ ਸਨ ਪਾਈ ਪਾਈ ਨੂੰ ਵਰਸਾ ਨਹੀਂ ਦਿੰਦੇ ਇਹ ਕਦੇ ਵੀ ਨਹੀਂ ਸੁਣਿਆ ਬੱਚੇ ਸਮਝਦੇ ਸਨ ਇੱਕ ਤਾਂ ਹੁੰਦੇ ਨੇ ਹੱਦ ਦਾ ਬਾਪ ਉਹ ਸਾਰਿਆਂ ਨੂੰ ਪਤਾ ਏ ਹੱਦ ਦੇ ਬਾਪ ਤੋਂ ਸਾਨੂੰ ਹੱਦ ਦਾ ਵਰਸਾ ਮਿਲਦਾ ਏ ਹੱਦ ਵਾਲੇ ਸੋਨੇ ਸਾਰੇ ਹੁਣ ਬੇहद ਦੇ ਬਾਪ ਨੂੰ ਯਾਦ ਕਰਦੇ ਸਨ ਉਸ ਨੂੰ ਆਖਦੇ ਸਨ ਸ਼ਿਵ ਬਾਬਾ ਕ੍ਰੀਏਟਰ ਨੂੰ ਬਾਬਾ ਆਖਦੇ ਸਨ ਸਿਰਫ ਬਾਬਾ ਹਲਕਾ ਨਾ ਹੁੰਦਾ ਏ ਐਸ ਲਈ ਸ਼ਿਵ ਬਾਬਾ ਆਖ ਦਿੰਦੇ ਸਨ ਉਹ ਸਨ ਹੈ ਹੀ ਨੀਰਾਕਾਰ ਪੁੱਛਿਆ ਜਾਂਦਾ ਏ ਸ਼ਿਵ ਬਾਬਾ ਤੋਂ ਤੁਹਾਡਾ ਕੀ ਸੰਬੰਧ ਆਖਦੇ ਸਨ ਸ਼ਿਵ ਬਾਬਾ ਸਾਡੀ ਝੋਲੀ ਭਰਦੇ ਨੇ ਬਾਬਾ ਦਾ ਸ਼ਿਵ ਨਾਮ ਐਕਿਊਰੇਟ ਏ ਸ਼ੰਕਰ ਦਾ ਚਿੱਤਰ ਵੀ ਅਲੱਗ ਹੈਗਾ ਸ਼ਿਵ ਅਤੇ ਸ਼ੰਕਰ ਦੋਵਾਂ ਨੂੰ ਮਿਲਾ ਕੇ ਸ਼ਿਵ ਸ਼ੰਕਰ ਆਖ ਦਿੰਦੇ ਨੇ ਇਹ ਸਭ ਤੋਂ ਵੱਡੀ ਭਾਰੀ ਭੂਲ ਕੀਤੀ ਏ ਉੱਚੇ ਤੇ ਉੱਚੇ ਬਾਪ ਨੂੰ ਭੁੱਲ ਗਏ ਸਨ ਚਿੱਤਰ ਵੀ ਬਹੁਤ ਚੰਗੇ ਸਨ ਬ੍ਰਹਮਾ ਦੁਆਰਾ ਹੁਣ ਸਥਾਪਨਾ ਹੋ ਰਹੀ ਏ ਗਿਆਨ ਵੀ ਤੁਹਾਨੂੰ ਹੁਣ ਹੀ ਮਿਲਦਾ ਏ ਤੁਸੀਂ ਹੁਣ ਬ੍ਰਾਹਮਣ ਬਣੇ ਹੋ ਬ੍ਰਾਹਮਣ ਕਿੱਥੋਂ ਆਏ ਉਹਨਾਂ ਨੂੰ ਐਡਾਪਟ ਕਰਦਾ ਹਾਂ ब्रह्मा ਨੂੰ ਪਹਿਲੇ ਐਡਾਪਟ ਕੀਤਾ ਫਿਰ ਉਸ ਦੁਆਰਾ ਤੁਹਾਨੂੰ ਐਡਾਪਟ ਕੀਤਾ ब्रह्मा ਤੋਂ ਬ੍ਰਹਮਣ ਪੈਦਾ ਹੋਏ ਤੁਸੀਂ ਜਾਣਦੇ ਹੋ ਹੁਣ ਅਸੀਂ ਪ੍ਰਜਾਪਤਾ ਬ੍ਰਹਮਾ ਕੁਮਾਰ ਕੁਮਾਰੀਆਂ ਸੰ ਪ੍ਰਜਾਪਤਾ ਅਕਸ਼ਰ ਵੀ ਜ਼ਰੂਰ ਪਾਣਾ ਪਵੇ ਤੁਸੀਂ ਜਾਣਦੇ ਹੋ ਅਸੀਂ ਪ੍ਰਜਾਪਤਾ ਬ੍ਰਹਮਾ ਕੁਮਾਰ ਕੁਮਾਰੀਆਂ ਹਾਂ ਪ੍ਰਜਾਪਤਾ ਅਕਸ਼ਰ ਦੇ ਬਗੈਰ ਤਾਂ ਬ੍ਰਹਮਾ ਕੁਮਾਰ ਕੁਮਾਰੀਆਂ ਵੀ ਤਾਂ ਨਾਮ ਸੱਜੇ ਹੀ ਨਾ ਸਿਰਫ ਬ੍ਰਹਮਾ ਆਖ ਦੇਣ ਨਾਲ ਬ੍ਰਹਮਾ ਦੇ ਤੇ ਨਾਮ ਬਹੁਤ ਹੁੰਦੇ ਸਨ ਪ੍ਰਜਾਪਤਾ ਨਾਮ ਜ਼ਰੂਰ ਆਖਣਾ ਚਾਹੀਦਾ ਏ ਰੁਦਰ ਸ਼ਿਵ ਬਾਬਾ ਨੇ ਇਹ ਆਕੇ ਰੁਦਰ ਗਿਆਨ ਯੱਗ ਰਚਾਈ ਇਸ ਰੁਦਰ ਗਿਆਨ ਯੱਗ ਵਿੱਚ ਸਭ ਕੁਝ ਸੁਵਾਹਾ ਹੋ ਜਾਂਦਾ ਏ ਪੁਰਾਣੀ ਦੁਨੀਆ ਦੀ ਅਹੋਤੀ ਇਸ ਰੁਦਰ ਗਿਆਨ ਯੱਗ ਵਿੱਚ ਪੈਂਦੀ ਏ ਇਸ ਯੁ ਰੁਦਰ ਗਿਆਨ ਯੱਗ ਤੋਂ ਹੀ ਵਿਨਾਸ਼ ਜਵਾਲਾ ਪਰਵਜਲਿਤ ਹੋਵੇਗੀ ਆਸਾਰ ਵੀ ਬਰਾਬਰ ਹੋਣ ਵਿਖਦੇ ਜਾ ਰਹੇ ਨੇ ਹੂ ਬਹੁ ਉਹ ਜੋ ਸਮੇਂ ਫੇਰ ਤੋਂ ਆ ਗਿਆ ਏ ਗਾਇਆ ਵੀ ਹੋਇਆ ਏ ਯੂਰੋਪ ਵਾਸੀ ਯਾਦਵ ਕੌਰਵ ਅਤੇ ਪਾਂਡਵ ਸਾਰਿਆਂ ਦੀ ਲੜਾਈ ਹੋਵੇਗੀ ਭਾਰਤ ਵਾਸੀ ਆਪਣੇ ਧਰਮ ਨੂੰ ਭੁੱਲ ਜਾਣਗੇ ਚਿੱਤਰ ਵੀ ਦੇਖੋ ਕਿੰਨੇ ਵਿਖਾਂਦੇ ਸਨ ਦੇਵੀ ਦੇਵਤਾਵਾਂ ਦਾ ਵੀ ਰਾਜ ਸੀ ਬਿਲਕੁਲ ਕੁਝ ਵੀ ਨਹੀਂ ਜਾਣਦੇ ਜਿਹੜਾ ਧਰਮ ਹੁਣ ਫੇਰ ਵਾਪਸ ਸਥਾਪਨ ਕਰਦੇ ਸਨ ਉਈਓ ਸਮਝਦੇ ਸਨ ਕੋਈ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਸਿਵਾਏ ਬਾਪ ਦੇ ਸਮਝਾ ਨਾ ਸਕੇ ਤਿੰਨਾ ਲੋਕਾਂ ਦਾ ਗਿਆਨ ਕੋਈ ਦੇ ਨਾ ਸਕੇ ਸਭ ਦੇ ਪਾਰਟ ਨੂੰ ਤੁਸੀਂ ਸਮਝ ਗਏ ਹੋ ਇਹ ਸਭ ਫਿਰ ਆਪਣੇ ਸਮੇਂ ਤੇ ਪਾਰਟ বাজਾਣਾ ਆਣਗੇ ਅੱਗੇ ਚੱਲ ਕੇ ਤੁਹਾਡੀ ਮਹਿਮਾ ਵੀ ਵਿਵਧਦੀ ਜਾਵੇਗੀ ਵਿਰਧੀ ਜਲਦੀ ਹੋਣੀ ਏ ਤੋ ਕਿੱਡਾ ਵੱਡਾ ਮਕਾਨ ਬਣਾਣਾ ਪਵੇਗਾ ਡਰਾਮਾ ਵਿੱਚ ਪਾਰਟਸਨ ਸਮਝਦੇ ਉਹ ਕਿੰਨੇ ਬੱਚੇ ਆਣਗੇ ਵਿਰਧੀ ਨੂੰ ਪਾਉਂਦੇ ਰਹਿਣਗੇ ਆਣਗੇ ਵੀ ਸਿੱਖਿਆ ਵੀ ਲੈਣ ਦੇ ਲੈਣਗੇ ਬਾਕੀ ਤਾਂ ਐਵੇਂ ਹੀ ਘੁੰਮਣ ਤਾਂ ਬਹੁਤ ਆਂਦੇ ਰਹਿੰਦੇ ਸਨ ਸਮਝੋ ਕੋਈ ਐਜੂਕੇਸ਼ਨ ਮਿਨਿਸਟਰ ਆਦੀ ਆਂਦੇ ਸਨ ਤੋਂ ਉਹਨਾਂ ਨੂੰ ਵੀ ਨੋਲੇਜ ਸਮਝਾਣੀ ਚਾਹੀਦੀ ਏ ਕਿ ਸਾਡੀ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਫਿਰ ਤੋਂ ਰਿਪੀਟ ਕਿਵੇਂ ਹੋ ਰਹੀ ਏ ਸਾਰੇ ਕਲਪ ਦੇ ਚੱਕਰ ਨੂੰ ਕੋਈ ਵੀ ਨਹੀਂ ਜਾਣਦੇ ਤੁਸੀਂ ਹੁਣ ਗਿਆਨ ਸਾਗਰ ਦੁਆਰਾ ਮਾਸਟਰ ਗਿਆਨ ਸਾਗਰ ਬਣਦੇ ਹੋ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਹੈ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਪੜ੍ਹਨੀ ਅਤੇ ਪੜਾਣੀ ਹੈ ਸਾਰੇ ਅਲੰਕਾਰਾਂ ਨੂੰ ਧਾਰਨ ਕਰਨ ਦੇ ਲਈ ਪਾਵਨ ਫਰਿਸ਼ਤਾ ਜ਼ਰੂਰ ਬੰਨਣਾ ਪਵੇ ਬੁੱਧੀਵਾਨਾਂ ਦੀ ਬੁੱਧੀ ਇੱਕ ਬਾਪ ਹੀ ਸੰ ਉਹਨਾਂ ਦੀ ਹੀ ਸ਼੍ਰੀਮਤ ਤੇ ਚੱਲ ਕੇ ਬੁੱਧੀਵਾਨ ਬੰਨਣਾ ਹੈ ਐ ਬ੍ਰਾਹਮਣ ਜੀਵਨ ਅਮੁੱਲੈ ਸਣ ਇਸ ਨਸ਼ੇ ਵਿੱਚ ਰਹਿਣਾ ਹੈ ਅੱਜ ਦਾ ਵਰਦਾਨ ਹੈਗਾ ਰੰਗ ਅਤੇ ਰੂਪ ਦੇ ਨਾਲ ਨਾਲ ਸੰਪੂਰਨ ਪਵਿੱਤਰਤਾ ਦੀ ਖੁਸ਼ਬੂ ਨੂੰ ਉਤਾਰਨ ਕਰਨ ਵਾਲੇ ਅਕਰਸ਼ਨ ਮੂਰਤ ਭਵ ਬ੍ਰਾਹਮਣ ਬਣਨ ਤੋਂ ਸਾਰਿਆਂ ਸਾਰੇ ਹੀ ਰੰਗ ਆ ਜਾਂਦੇ ਸਣ ਰੂਪ ਵੀ ਪਰਿਵਰਤਨ ਹੋ ਜਾਂਦਾ ਏ ਲੇਕਿਨ ਖੁਸ਼ਬੂ ਹਰ ਇੱਕ ਦੀ ਨੰਬਰ ਵਾਰ ਸਣ ਅਕਰਸ਼ਨ ਮੂਰਤ ਬਣਨ ਦੇ ਲਈ ਰੰਗ ਅਤੇ ਰੂਪ ਦੇ ਨਾਲ ਨਾਲ ਸੰਪੂਰਨ ਪਵਿੱਤਰਤਾ ਦੀ ਖੁਸ਼ਬੂ ਵੀ ਚਾਹੀਦੀ ਏ ਪਵਿੱਤਰਤਾ ਅਰਥਾਤ ਸਿਰਫ ਬ੍ਰਹਮਚਾਰੀਆ ਨਹੀਂ ਲੇਕਨ ਦੇਹ ਦੇ ਲਗਾਵ ਤੋਂ ਵੀ ਨਿਆਰਾ ਬਣਨਾ ਮਨ ਬਾਪ ਦੇ ਸਿਵਾਏ ਔਰ ਕਿਸੇ ਵੀ ਪ੍ਰਕਾਰ ਦੇ ਲਗਾਵ ਵਿੱਚ ਨਾ ਆਵੇ ਤਨ ਤੋਂ ਵੀ ਬ੍ਰਹਮਚਾਰੀ ਸੰਬੰਧ ਵਿੱਚ ਵੀ ਬ੍ਰਹਮਚਾਰੀ ਸੰਸਕਾਰਾਂ ਵਿੱਚ ਵੀ ਬ੍ਰਹਮਚਾਰੀ ਇਹੋ ਜੀ ਖੁਸ਼ਬੂ ਵਾਲੇ ਹੀ ਰੂਹਾਨੀ ਗੁਲਾਬ ਹੀ ਆਕਰਸ਼ਣ ਮੂਰਤ ਬਣਦੇ ਸਨ ਅੱਜ ਦਾ ਸਲੋਗਨ ਹੈਗਾ ਯਥਾਰਥ ਸਤ ਨੂੰ ਪਰਖ ਲਵੋ ਤੋ ਅਤਿੰਦਰੀਏ ਸੁਖ ਦਾ ਅਨੁਭਵ ਕਰਨਾ ਸਹਿਜ ਹੋ ਜਾਵੇਗਾ ਯਥਾਰਥ ਸੱਚ ਨੂੰ ਪਰਖ ਲਵੋ ਤਾਂ ਅਤਿੰਦਰੀਏ ਸੁਖ ਦਾ ਅਨੁਭਵ ਕਰਨਾ ਵੀ ਸਹਿਜ ਹੋ ਜਾਵੇਗਾ ਓਮ ਸ਼ਾਂਤੀ